ਇਹ ਪਾਕਿਸਤਾਨ ਸਰਕਾਰ ਦੇ ਖਿਲਾਫ ਹੈ ਸਾਡਾ ਪ੍ਰਦਰਸ਼ਨ ਕਿਉਂਕਿ 30 ਦਸੰਬਰ 2020 ਕਰਕ ਜ਼ਿਲ੍ਹਾ ਟੇਰੀ ਗਾਓਂ ਸਾਡੇ ਆਰਾਧਯ ਦੇਵ ਪਰਮਹੰਸ ਦਿਆਲ ਸਮਾਧੀ ਮੰਦਿਰ ਨੂੰ ਕੱਟੜਪੰਥੀਆਂ ਦੇ ਦੁਆਰਾ ਤੋੜਿਆ ਗਿਆ ਫਿਰ ਉਸ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਅਤੇ ਅਸੀਂ ਸੋਈ ਹੋਈ ਪਾਕਿਸਤਾਨ ਸਰਕਾਰ ਨੂੰ ਜਗਾ ਰਹੇ ਹਾਂ ਕਿ ਪਾਕਿਸਤਾਨ ਸਰਕਾਰ ਜਾਗੇ ਅਤੇ ਸਾਡੇ ਉਸ ਟੁੱਟੇ ਹੋਏ ਮੰਦਿਰ ਨੂੰ ਪੁਨਾ ਨਿਰਮਾਣ ਕਰੇ ਅਤੇ ਜਿਹੜੇ ਕੱਟੜਪੰਥੀਆਂ ਨੇ ਮੰਦਿਰ ਨੂੰ ਤੋੜਿਆ ਹੈ ਉਹਨ ਕੱਟੜਪੰਥੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਤਾਂ ਕਿ ਅਮਨ ਸ਼ਾਂਤੀ ਔਰ ਪ੍ਰੇਮ ਦਾ ਸੰਦੇਸ਼ ਜਾਏ ਦੁਬਾਰਾ ਪਾਕਿਸਤਾਨ ਦੇ ਵਿੱਚ ਕੋਈ ਵੀ ਸਾਡੇ ਹਿੰਦੂਆਂ ਦਾ ਮੰਦਿਰ ਨਾ ਤੋੜ ਪਾਏ ਸਿੱਖਾਂ ਦੇ ਗੁਰਦੁਆਰੇ ਨੂੰ ਨਾ ਤੋੜ ਪਾਏ ਕਿਉਂਕਿ ਪਾਕਿਸਤਾਨ ਦੇ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਉੱਤੇ ਅੱਤਿਆਚਾਰ ਹੋ ਰਿਹਾ ਹਿੰਦੂਆਂ ਅਤੇ ਸਿੱਖਾਂ ਦੇ ਅੱਤਿਆਚਾਰ ਨੂੰ ਰੋਕਣ ਵਾਸਤੇ ਅਸੀਂ ਇਹ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਸਾਰੇ ਸੰਤਾਂ ਦੇ ਨਾਲ ਔਰ ਸਾਰੀ ਸੰਗਤ ਦੇ ਨਾਲ।